ਗੁੱਡ ਮਾਰਨਿੰਗ ਐਵਰੀਬਡੀ, ਕਿਵੇਂ ਤੁਸੀਂ ਸਾਰੇ ਨੇ? ਮੈਂ ਹਾਂ ਅਮਿਤ ਤੇ ਸਭ ਦਾ ਪਾਠਸ਼ਾਲਾ ਤੇ ਬਹੁਤ ਬਹੁਤ ਸਵਾਗਤ ਹੈ। ਸੋ ਅੱਜ ਆਪਾਂ ਗੱਲ ਕਰਾਂਗੇ ਕਰੰਟ ਅਫੇਅਰਸ ਦੀ ਵਿਦ ਸਟੈਟਿਕ ਜੀ ਕੇ, ਜੋ ਕਿ 16 ਦਸੰਬਰ ਤੱਕ ਦੀਆਂ ਰਹਿਣ ਵਾਲੀਆਂ ਨੇ, ਤਾਂ ਬਿਲਕੁਲ ਪੰਜਾਬੀ ਦੇ ਵਿੱਚ ਗੱਲ ਕਰਾਂਗੇ। ਸੋ ਸਟਾਰਟ ਕਰਦੇ ਹਾਂ ਅੱਜ ਦੇ ਮੋਟੀਵੇਸ਼ਨ ਕੋਟ ਤੋਂ। ਸਭ ਤੋਂ ਪਹਿਲਾਂ ਜੇ ਆਪਦੀ ਮੋਟੀਵੇਸ਼ਨ ਦੀ ਗੱਲ ਕਰਦੇ ਹਾਂ ਤਾਂ ਜੀ ਉਹ ਹੈਗਾ ਹੈ, ਇੱਕ ਮਿੰਟ ਲਾ, ਰਾਈਟ। ਸੋ ਯੂਅਰ ਪੋਜ਼ਿਟਿਵ ਐਕਸ਼ਨ ਕੰਬਾਈਂਡ ਵਿਦ ਪੋਜ਼ਿਟਿਵ ਥਿੰਕਿੰਗ ਰਿਜ਼ਲਟਸ ਐਂਡ ਸਕਸੈਸ। ਕਹਿੰਦੇ ਜੇ ਤੁਹਾਡਾ ਪੋਜ਼ਿਟਿਵ ਐਕਸ਼ਨ ਰਿਹਾ ਨਾ, ਜਿਹੜੀ ਵੀ ਚੀਜ਼ ਤੁਸੀਂ ਜਾ ਰਹੇ ਹੋ, ਜਿੱਧਰ ਵੀ ਤੁਸੀਂ ਜਾ ਰਹੇ ਹੋ, ਅਗਰ ਪੋਜ਼ਿਟਿਵਲੀ ਉਸ ਚੀਜ਼ ਨੂੰ ਕਰੀ ਜਾ ਰਹੇ ਹੋ ਅਤੇ ਨਾਲ ਆਪਣੀ ਜਿਹੜੀ ਥਿੰਕਿੰਗ ਹੈ ਉਹਨੂੰ ਵੀ ਪੋਜ਼ਿਟਿਵ ਰੱਖ ਰਹੇ ਹੋ, ਤਾਂ 100% ਤੁਸੀਂ ਸਕਸੈਸ ਦੀ ਤਰਫ ਜਾ ਰਹੇ ਹੋ, ਤੁਹਾਡਾ ਰਿਜ਼ਲਟ 100% ਸਕਸੈਸ ਹੀ ਹੋਊਗਾ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲੇ ਕੁਸ਼ਚਨ ਕੀ ਆ ਗਿਆ ਜੀ? ਦ੍ਰੌਪਦੀ ਮੁਰਮੂ ਟੂ ਕਨਫਰ, ਜਿਹੜੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਨੇ, ਪ੍ਰੈਜ਼ੀਡੈਂਟ ਮੈਮ ਨੇ ਕਨਫਰ ਅਵਾਰਡਸ ਔਨ ਨੈਸ਼ਨਲ ਐਨਰਜੀ ਕੰਜ਼ਰਵੇਸ਼ਨ ਡੇ। ਸੋ ਨੈਸ਼ਨਲ ਜਿਹੜਾ ਐਨਰਜੀ ਕੰਜ਼ਰਵੇਸ਼ਨ ਡੇ ਹੈ ਉਹ ਸੀਗਾ ਜੀ 14 ਦਸੰਬਰ 2023 ਦਾ। ਸੋ ਉਸ ਟਾਈਮ 'ਤੇ, ਉਸ ਮੌਕੇ ਦੇ ਉੱਤੇ ਅਤੇ ਸਾਡੇ ਦ੍ਰੌਪਦੀ ਮੁਰਮੂ ਮੈਡਮ ਨੇ ਕੀ ਕਰਿਆ, ਪੁਰਸਕਾਰ ਜਿਹੜੇ ਨੇ ਉਹ ਪ੍ਰਦਾਨ ਕੀਤੇ ਨੇ। ਠੀਕ ਹੈ, ਸਟਾਰਟ ਦੇਖਦੇ ਹਾਂ ਜੀ। ਪੁਰਸਕਾਰ ਕਿਸ ਰਿਲੇਟਡ ਨੇ? ਨੈਸ਼ਨਲ ਐਨਰਜੀ ਐਫੀਸ਼ੀਐਂਸੀ ਇਨੋਵੇਸ਼ਨ ਅਵਾਰਡਸ, ਨੈਸ਼ਨਲ ਐਨਰਜੀ ਕੰਜ਼ਰਵੇਸ਼ਨ ਅਵਾਰਡਸ ਐਂਡ ਨੈਸ਼ਨਲ ਪੇਂਟਿੰਗ ਕੰਪੀਟੀਸ਼ਨ ਔਨ ਐਨਰਜੀ ਕੰਜ਼ਰਵੇਸ਼ਨ 2023 ਇਨ ਨਿਊ ਦਿੱਲੀ। ਕਿੱਥੇ ਹੋਏ ਨੇ ਜੀ ਇਹ? ਨਿਊ ਦਿੱਲੀ ਦੇ ਵਿੱਚ ਮੁਕਾਬਲੇ ਕੀਤੇ ਗਏ। ਜਿਹੜਾ ਵੀ ਜੇਤੂ ਰਿਹਾ, ਜਿਹੜਾ ਵੀ ਵਿਜੇਤਾ ਰਿਹਾ, ਉਹਨਾਂ ਨੂੰ ਕੀ ਅਵਾਰਡਸ ਦਿੱਤੇ ਗਏ ਬਾਏ ਪ੍ਰੈਜ਼ੀਡੈਂਟ ਮੈਡਮ। ਸੋ ਦੀਜ਼ ਅਵਾਰਡਸ ਵਿਲ ਬੀ ਪ੍ਰੈਜ਼ੀਡੈਂਟ ਟੂ ਦਾ ਟੋਟਲ ਆਫ 63 ਵਿਨਰਸ ਨੂੰ ਦਿੱਤੇ ਗਏ ਔਨ ਦਾ ਓਕੇਜ਼ਨ ਆਫ ਦਿਸ ਡੇ ਵਿਚ ਇਜ਼ ਸੈਲੀਬ੍ਰੇਟਡ ਔਨ 14th December ਐਵਰੀ ਡੇ। ਸੋ ਐਵਰੀ ਈਅਰ ਜਿਹੜਾ ਕਿ 14 ਦਸੰਬਰ ਨੂੰ ਮਨਾਇਆ ਜਾਂਦਾ, ਇਹਦੇ ਵਿੱਚੋਂ ਇੱਕ ਪੁਆਇੰਟ ਨਿਕਲ ਕੇ ਇਹੀ ਨਿਕਲ ਗਿਆ ਹੁੰਦਾ ਕਿ ਨੈਸ਼ਨਲ ਕੰਜ਼ਰਵੇਸ਼ਨ ਡੇ ਜਿਹੜਾ ਹੈ, ਐਨਰਜੀ ਨੂੰ ਕੰਜ਼ਰਵ ਕਰਨ ਲਈ ਜਿਹੜਾ ਡੇ ਹੈ ਉਹ ਮਨਾਇਆ ਜਾਂਦਾ ਹੈ। ਅੱਗੇ ਉਹਦੇ ਬਾਰੇ ਸਟੈਟਿਕ ਜਾਣਕਾਰੀ ਲੈਂਦੇ ਹਾਂ ਕਿ ਨੈਸ਼ਨਲ ਐਨਰਜੀ ਕੰਜ਼ਰਵੇਸ਼ਨ ਡੇ ਹੈ ਉਹ ਹਰ ਸਾਲ 14 ਦਸੰਬਰ ਨੂੰ ਮਨਾਇਆ ਜਾਂਦਾ। ਕਿਸ ਲਈ ਮਨਾਇਆ ਜਾਂਦਾ? ਟੂ ਸਪਰੈਡ ਦਾ ਮੈਸੇਜ ਔਨ ਦਾ ਇੰਪੋਰਟੈਂਸ ਆਫ ਕੰਜ਼ਰਵਿੰਗ ਐਨਰਜੀ, ਕਿ ਸਾਨੂੰ ਜਿਹੜੀ ਐਨਰਜੀ ਹੈ ਉਹਨੂੰ ਕਿਉਂ ਸੇਵ ਕਰਕੇ ਰੱਖਣਾ ਚਾਹੀਦਾ, ਕੀ ਉਹਦੀ ਇੰਪੋਰਟੈਂਸ ਹੈ ਉਹਨੂੰ ਧਿਆਨ 'ਚ ਰੱਖਦੇ ਹੋਏ। ਟੂ ਸ਼ੋਕੇਸ ਦਾ ਅਚੀਵਮੈਂਟ ਆਫ ਨੇਸ਼ਨ ਇਨ ਐਨਰਜੀ ਐਫੀਸ਼ੀਐਂਸੀ, ਕਿ ਸਾਡਾ ਜਿਹੜਾ ਨੇਸ਼ਨ ਹੈ ਉਹ ਐਨਰਜੀ ਦੀ ਐਫੀਸ਼ੀਐਂਸੀ ਨੂੰ ਕਿਵੇਂ ਅਚੀਵ ਕਰ ਰਿਹਾ ਜਾਂ ਕੰਜ਼ਰਵ ਕਰਨ ਦੇ ਵਿੱਚ ਕਿਵੇਂ ਮਦਦ ਕਰ ਰਿਹਾ, ਤਾਂ ਇਹਨਾਂ ਚੀਜ਼ਾਂ ਨੂੰ ਇਹ ਅਵੇਅਰ ਕਰਾਉਂਦਾ, ਇਹ ਮੈਸੇਜ ਦਿੰਦਾ ਇਹ ਦਿਨ 14 ਦਸੰਬਰ, ਰਾਈਟ। ਸੋ ਨੈਸ਼ਨਲ ਐਨਰਜੀ ਕੰਜ਼ਰਵੇਸ਼ਨ ਡੇ ਤੁਸੀਂ ਯਾਦ ਰੱਖਣਾ। ਅਗਲਾ ਪੁਆਇੰਟ ਆ ਗਿਆ ਜੀ, ਫਾਊਂਡਰ ਨੇ, CEO ਨੇ, ਅਤੇ ਨਾਮ ਹੈਗਾ ਜੀ ਬਿਪਿਨ ਚੰਦਰ, ਉਹਨਾਂ ਨੂੰ ਮਿਲਿਆ ਚੈਂਪੀਅਨ ਆਫ ਚੇਂਜ ਅਵਾਰਡ। ਚੈਂਪੀਅਨ ਆਫ ਚੇਂਜ ਅਵਾਰਡ ਜਿਹੜਾ ਹੈ ਉਹ ਬਿਪਿਨ ਚੰਦਰ ਨੂੰ ਮਿਲਿਆ ਜੀ। ਬਿਪਿਨ ਚੰਦਰ ਜਾਣਦੇ ਆ ਕੌਣ ਨੇ? ਠੀਕ ਹੈ, ਸੋ ਇੱਕ ਕੰਪਨੀ ਹੈ ਜਿਹਦਾ ਨਾਮ ਹੈ ਏਜ਼ੀਆ ਸੋਫਟ। ਸੋ ਏਜ਼ੀਆ ਸੋਫਟ ਟੈਕਨੋਲੋਜੀ ਦੇ ਕੰਪਨੀ ਦੇ ਫਾਊਂਡਰ ਨੇ ਜਾਂ CEO ਨੇ ਬਿਪਿਨ ਚੰਦਰ, ਵਾਜ ਆਨਰਡ ਵਿਦ ਦਾ ਚੈਂਪੀਅਨਸ ਆਫ ਚੇਂਜ ਅਵਾਰਡ, ਜੋ ਕਿ ਕਰਨਾਟਕਾ ਦਾ ਇੱਕ ਅਵਾਰਡ ਹੈ, ਬਾਈ ਇੰਟਰੈਕਟਿਵ ਫੋਰਮ ਔਨ ਇੰਡੀਅਨ ਇਕੋਨਮੀ ਐਂਡ ਨੋਨ ਪ੍ਰੋਫਿਟ ਔਰਗਨਾਈਜੇਸ਼ਨ। ਠੀਕ ਹੈ, ਅਤੇ ਜਿਹੜਾ ਕਿ ਰਿਕੋਗਨਾਈਜ਼ ਕੌਣ ਕਰਦਾ? ਗੌਰਮੈਂਟ ਆਫ ਇੰਡੀਆ ਕਰਦੀ ਹੈ ਜੀ। ਜੋ ਵੀ ਬੰਦਾ ਲੀਡਰਸ਼ਿਪ ਕੁਆਲਿਟੀ ਜਿਹਦੇ 'ਚ ਵਧੀਆ ਹੁੰਦੀ ਹੈ, ਆਊਟਸਟੈਂਡਿੰਗ ਹੁੰਦੀ ਆ, ਅਤੇ ਟ੍ਰਾਂਸਫੋਰਮੇਟਿਵ ਇੰਪੈਕਟ ਪੈਂਦਾ ਜਿਹਦਾ, ਜੇ ਮੰਨ ਕੇ ਚਲੋ ਕੋਈ ਚੀਜ਼ ਇਹੋ ਜਿਹੀ ਬਣਾ ਲਈ ਜਿਹਦੇ ਨਾਲ ਕੋਈ ਉਹਦਾ ਪਰਿਵਰਤਨ ਆ ਗਿਆ, ਕੋਈ ਚੇਂਜ ਆ ਗਿਆ, ਤਾਂ ਚੇਂਜ ਲੈ ਕੇ ਆਏ ਇਹ ਬੰਦਾ ਜਿਹਦਾ ਨਾਮ ਕੀ ਹੈ? ਬਿਪਿਨ ਚੰਦਰ, ਰਾਈਟ। ਸੋ ਚੰਦਰਾ ਰਿਸੀਵਡ ਏ ਗੋਲਡ ਮੈਡਲ, ਇਹਨਾਂ ਨੂੰ ਗੋਲਡ ਮੈਡਲ ਦਿੱਤਾ ਗਿਆ। ਠੀਕ ਹੈ, ਇੱਕ ਟਰੋਫੀ ਮਿਲੀ ਹੈ ਬਾਈ ਗਵਰਨਰ ਆਫ ਕਰਨਾਟਕਾ। ਸੋ ਕਰਨਾਟਕਾ ਦੀ ਵਾਰੀ ਆਈ ਹੈ, ਕਰਨਾਟਕਾ ਦੀ ਗੱਲ ਆਈ ਹੈ, ਤਾਂ ਕਰਨਾਟਕਾ ਦੀ ਗੱਲ ਜ਼ਰੂਰ ਹੋਊਗੀ। ਸਟੈਟਿਕ GK ਦੇ ਵਿੱਚ ਕਰਨਾਟਕਾ ਬਾਰੇ ਜਾਣ ਲਈਏ, ਅਤੇ ਅਰੇਬੀਅਨ ਸੀ ਕੋਸਟ ਲਾਈਨ ਦੇ ਉੱਤੇ ਇਹ ਪੈਂਦਾ। ਠੀਕ ਹੈ, ਦਾ ਕੈਪੀਟਲ ਬੈਂਗਲੁਰੂ ਹੈ,
ਠੀਕ ਹੈ। ਸੋ ਕੈਪੀਟਲ ਬੈਂਗਲੁਰੂ ਹੈ, ਗਵਰਨਰ ਦਾ ਨਾਮ ਕੀ ਹੈ ਜੀ, ਥਾਵਰ ਚੰਦ ਗਹਿਲੋਟ। ਚੀਫ ਮਿਨਿਸਟਰ ਕੌਣ ਨੇ, ਸਿਦਰਾ ਮਾਇਆ। ਤੇ ਪਾਪੂਲੇਸ਼ਨ ਹੈ 6.41 ਕਰੋੜ 2014 ਦੇ ਅਕੋਰਡਿੰਗਲੀ, ਲੇਕਿਨ ਏਰੀਆ ਦੀ ਗੱਲ ਕਰਦੇ ਹਾਂ 1,95,790 ਕਿਲੋਮੀਟਰ ਸਕੇਅਰ। ਡਿਸਟ੍ਰਿਕਟ ਕਿੰਨੇ ਪੈਂਦੇ ਨੇ, 31। ਅਗਰ ਤੁਸੀਂ ਲੋਕੇਸ਼ਨ ਦੀ ਗੱਲ ਕਰਦੇ ਤਾਂ ਮੈਪ ਦੇ ਵਿੱਚ ਕੁਝ ਇਸ ਜਗ੍ਹਾ ਦੇ ਉੱਤੇ ਕਰਨਾਟਕਾ ਲੋਕੇਟਡ ਹੈ, ਠੀਕ ਹੈ, ਜਿਹਨੂੰ ਆਪਾਂ ਸਾਊਥ ਇੰਡੀਅਨ ਪਾਰਟ ਕਹਿ ਸਕਦੇ ਹਾਂ। ਅਗਲਾ ਆ ਗਿਆ ਇੰਪੋਰਟੈਂਟ ਕੁਐਸਚਨ, INS ਕਦਮਤ। ਸੋ INS ਕਦਮਤ ਦਾ ਨਾਮ ਤੁਸੀਂ ਯਾਦ ਰੱਖਣਾ, ਕਦਮਤ ਜਿਹੜਾ ਹੈ ਮਨੀਲਾ ਫਿਲੀਪਾਈਨ ਦੇ ਵਿੱਚ ਪਹੁੰਚਿਆ, ਠੀਕ ਹੈ, ਤੇ ਫਿਲੀਪਾਈਨ ਦੇ ਵਿੱਚ ਪਹੁੰਚਿਆ, ਫਿਲੀਪਾਈਨ ਦੀ ਗੱਲ ਹੋਈ ਹੈ, ਇਹਦੀ ਵੀ ਆਪਾਂ ਚਰਚਾ ਕਰਾਂਗੇ। ਐਕਚੁਅਲ ਦੇ ਵਿੱਚ ਜਿਹੜਾ INS ਕਦਮਤ ਹੈ ਉਹ ਨਾ ਮਤਲਬ ਕਿ ਇੰਡੀਜੀਨੀਅਸ ਹੈ, ਲਾਈਕ ਇੰਡੀਆ ਦੀ ਚੀਜ਼ ਬਣਾਈ ਹੋਈ ਹੈ, ਤਾਂ ਉਹਨੂੰ ਡਿਜ਼ਾਈਨ ਕੀਤਾ ਗਿਆ, ਫਿਰ ਉਹਨੂੰ ਕਿੱਥੇ ਭੇਜਿਆ ਗਿਆ, ਮਨੀਲਾ ਪਹੁੰਚਿਆ ਗਿਆ, ਠੀਕ ਹੈ, ਮਨੀਲਾ ਭੇਜਿਆ ਗਿਆ, ਉਹਦੇ ਬਾਰੇ ਚਰਚਾ ਕਰਦੇ ਹਾਂ। ਦ ਵਿਜ਼ਿਟ ਇਜ਼ ਏਮਡ ਐਟ ਬੋਲਸਟਰਿੰਗ ਦ ਮੈਰੀਟਾਈਮ ਕੋਆਪਰੇਸ਼ਨ ਬਿਟਵੀਨ ਇੰਡੀਆ ਐਂਡ ਫਿਲੀਪਾਈਨ। ਕਹਿੰਦੇ ਜੀ ਇਸ ਦੌਰੇ ਦਾ ਉਦੇਸ਼ ਕੀ ਹੈ, ਭਾਰਤ ਅਤੇ ਫਿਲੀਪਾਈਨਸ ਦਰਮਿਆਨ ਸਮੁੰਦਰੀ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। INS ਕਦਮਤ ਜਿਹੜਾ ਹੈ ਇੱਕ ਸਵਦੇਸ਼ੀ ਤੌਰ ਤੇ ਡਿਜ਼ਾਈਨ ਕੀਤਾ ਹੋਇਆ ਤੇ ਬਣਾਇਆ ਗਿਆ ਐਂਟੀ ਸਬਮਰੀਨ ਵਾਰਫੇਅਰ ਕਾਰਬੇਟ ਹੈ, ਜੋ ਕਿ ਅਤੀ ਆਧੁਨਿਕ ਐਂਟੀ ਪਨਡੁੱਬੀ ਹਥਿਆਰ ਸੂਟ ਨਾਲ ਲੈਸ ਹੈ। ਵਾਪਸੀ ਦੇ ਉੱਤੇ ਜਦੋਂ ਇਹਦੀ ਵਾਪਸੀ ਹੋਊਗੀ ਤਾਂ ਵਾਪਸੀ ਤੇ ਜਹਾਜ਼ ਭਾਰਤੀ ਜਲ ਸੈਨਾ ਤੇ ਫਿਲੀਪਾਈਨਸ ਨੇਵੀ ਦੇ ਵਿਚਾਲੇ ਦੱਖਣੀ ਚੀਨ ਸਾਗਰ ਵਿੱਚ ਤੈਅ ਕੀਤੇ ਗਏ ਸਮੁੰਦਰੀ ਭਾਗੀਦਾਰੀ ਅਭਿਆਸ ਵਿੱਚ ਵੀ ਹਿੱਸਾ ਲਵੇਗਾ। ਤਾਂ ਬਸ ਇਹਦੇ ਵਿੱਚ ਤੁਸੀਂ ਯਾਦ ਹੀ ਰੱਖਣਾ ਹੈ ਕਿ ਇਹਨੂੰ ਕਿੱਥੇ ਪਹੁੰਚਾਇਆ ਗਿਆ ਸੀ, INS ਕਦਮਤ ਕੀ ਚੀਜ਼ ਹੈ, ਇਹ ਐਂਟੀ ਸਬਮਰੀਨ ਵਾਰਫੇਅਰ ਹੈ, ਠੀਕ ਹੈ, ਸਬਮਰੀਨ ਪਨਡੁੱਬੀ ਇੱਕ ਤਰੀਕੇ ਨਾਲ, ਠੀਕ ਹੈ, ਤਾਂ ਇਹਨੂੰ ਫਿਲੀਪਾਈਨ ਮਨੀਲਾ ਦੇ ਵਿੱਚ ਇਹ ਪਹੁੰਚੀ ਹੈ। ਤਾਂ ਫਿਲੀਪਾਈਨਸ ਬਾਰੇ ਗੱਲ ਕਰਦੇ ਹਾਂ, ਫਿਲੀਪਾਈਨਸ ਆਫੀਸ਼ੀਅਲੀ ਰਿਪਬਲਿਕ ਆਫ ਫਿਲੀਪਾਈਨਸ ਬੋਲਦੇ ਨੇ ਇਹਨੂੰ, ਠੀਕ ਹੈ, ਤੇ ਸਾਊਥ ਈਸਟ ਦੇ ਵਿੱਚ ਇਹ ਕੰਟਰੀ ਪੈਂਦੀ ਹੈ, ਆ ਤੁਹਾਨੂੰ ਲੋਕੇਸ਼ਨ ਦਿਖ ਰਹੀ ਹੈ, ਐਰੋ ਬਣਾ ਰੱਖਿਆ ਫਿਲੀਪਾਈਨ, ਰਾਈਟ। ਇੰਡੀਆ ਕੁਝ ਇਸ ਜਗ੍ਹਾ ਦੇ ਉੱਤੇ ਹੈ, ਇੱਥੋਂ ਤੁਸੀਂ ਰਾਈਟ 'ਤੇ ਚਲੇ ਜਾਓ, ਸਾਊਥ ਈਸਟ 'ਚ ਚਲੇ ਜਾਓ, ਇਸ ਜਗ੍ਹਾ ਦੇ ਉੱਤੇ ਫਿਲੀਪਾਈਨ ਹੈ। ਫਿਲੀਪਾਈਨ ਦੀ ਕੈਪੀਟਲ ਦਾ ਨਾਮ ਮਨੀਲਾ ਪੁੱਛਿਆ ਜਾ ਸਕਦਾ ਹੈ। ਆਫੀਸ਼ੀਅਲ ਲੈਂਗੁਏਜ ਹੈਗੀ ਹੈ ਫਿਲੀਪੀਨੋ ਜਾਂ ਫਿਰ ਇੰਗਲਿਸ਼। ਕਰੰਸੀ ਕਿਹੜੀ ਹੈ ਜੀ, ਫਿਲੀਪਾਈਨ ਪੈਸੋ। ਪਾਪੂਲੇਸ਼ਨ ਕਿੰਨੀ ਹੈ, 11.39 ਕਰੋੜ 2021 ਦੇ ਅਕੋਰਡਿੰਗ। ਅਗਲਾ ਆ ਗਿਆ ਫਾਸਟ ਅਟੈਕ। ਸੋ ਫਾਸਟ ਅਟੈਕ ਕਰਾਫਟ ਹੈ ਜਿਹੜਾ INS ਤਰਮੁਗਲੀ। ਸਰ ਤਰਮੁਗਲੀ ਦਾ ਨਾਮ ਤੁਸੀਂ ਯਾਦ ਰੱਖਣਾ ਹੈ, ਤਰਮੁਗਲੀ ਦੇ ਵੈਸੇ ਦੋ ਤਿੰਨ ਨਾਮ ਨੇ, ਇਹਨੂੰ ਪਹਿਲਾਂ ਕਿਤੇ ਭੇਜਿਆ ਗਿਆ, ਫਿਰ ਉਸ ਤੋਂ ਬਾਅਦ ਦੁਬਾਰਾ ਇੰਡੀਆ ਦੇ ਵਿੱਚ ਵਾਪਸ ਪਰਤਿਆ ਹੈਗਾ। ਤੇ ਇਹ ਵਿਜ਼ਾਗ ਜਿਹਨੂੰ ਆਪਾਂ ਵਿਜ਼ਾਗ ਐਕਚੁਅਲੀ ਸ਼ਾਰਟ ਫਾਰਮ ਦੇ ਵਿੱਚ ਵਿਸ਼ਾਖਾਪਟਨਮ ਨੂੰ ਕਿਹਾ ਜਾਂਦਾ ਹੈ। ਕਿਹਨੂੰ ਕਿਹਾ ਜਾਂਦਾ, ਵਿਸ਼ਾਖਾਪਟਨਮ, ਰਾਈਟ। ਸੋ ਉੱਥੇ ਇਹਨੂੰ ਚਾਲੂ ਕੀਤਾ ਗਿਆ, ਉੱਥੇ ਇਹਨੂੰ ਕਮਿਸ਼ਨ ਕੀਤਾ ਗਿਆ। ਤਾਂ ਦੇਖਦੇ ਹਾਂ, ਇੰਡੀਅਨ ਨੇਵੀ ਹੈਜ਼ ਇੰਡਕਟਿਡ ਫਾਸਟ ਅਟੈਕ ਕਰਾਫਟ ਜਿਹਦਾ ਨਾਮ ਹੈ INS ਤਰਮੁਗਲੀ ਇਨ ਕਮਿਸ਼ਨਿੰਗ ਦ ਸੈਰੇਮਨੀ ਐਟ ਨਵਲ ਡੌਕਯਾਰਡ ਵਿਸ਼ਾਖਾਪਟਨਮ, ਠੀਕ ਹੈ। ਵਿਸ਼ਾਖਾਪਟਨਮ ਦੇ ਵਿੱਚ ਇਹਨੂੰ ਸ਼ਾਮਿਲ ਕੀਤਾ ਗਿਆ, ਜਲ ਸੈਨਾ ਨੇ ਇਹਨੂੰ ਵਿਸ਼ਾਖਾਪਟਨਮ ਦੇ ਵਿੱਚ ਇੱਕ ਸਮਾਰੋਹ ਦੇ ਵਿੱਚ ਸ਼ਾਮਿਲ ਕੀਤਾ। ਦ ਸ਼ਿਪ ਹੈਜ਼ ਅ ਯੂਨੀਕ ਡਿਸਟਿੰਕਸ਼ਨ ਆਫ ਹੈਵਿੰਗ ਸਰਵਡ ਅੰਡਰ ਦ ਫਲੈਗ ਆਫ ਟੂ ਨੇਸ਼ਨਸ, ਇੰਡੀਆ ਅਤੇ ਮਾਲਦੀਵ ਦੀ। ਜੇ ਆਪਾਂ ਗੱਲ ਕਰਦੇ ਹਾਂ ਤਾਂ ਇਹਨਾਂ ਦੋਨਾਂ ਦੇ ਵਿਚਾਲੇ ਦਾ ਨਾਮ ਆਉਂਦਾ ਹੈ, ਕਿਉਂ, ਕਿਉਂਕਿ ਇਹਨੂੰ ਇੰਡੀਆ ਤੋਂ ਮਾਲਦੀਵ 'ਚ ਭੇਜਿਆ ਗਿਆ, ਦੁਬਾਰਾ ਤੋਂ ਫਿਰ ਇਹਨੂੰ ਇੰਡੀਆ ਲਿਆਇਆ ਗਿਆ, ਠੀਕ ਹੈ। ਇਟ ਵਾਜ ਫਸਟ ਕਮਿਸ਼ਨ ਇਨ ਇੰਡੀਅਨ ਨੇਵੀ, ਨੈਕਸਟ ਇਟ ਵਾਜ ਹੈਂਡਡ ਓਵਰ ਟੂ ਮਾਲਦੀਵਸ ਨੈਸ਼ਨਲ ਡਿਫੈਂਸ, ਨਾਓ ਇਟ ਹੈਜ਼ ਬੀਨ ਰਿਟਰਨ ਬੈਕ ਟੂ ਇੰਡੀਅਨ ਨੇਵੀ। ਸਮਝ ਗਏ ਹੋ, ਇਹ ਇੰਡੀਆ, ਇਹ ਮਾਲਦੀਵ ਹੈ, ਇਹ ਇੰਡੀਆ, ਰਾਈਟ। ਸੋ ਇੰਡੀਆ ਤੋਂ ਇਹ ਮਾਲਦੀਵ ਗਿਆ, ਮਾਲਦੀਵ ਤੋਂ ਬਾਅਦ ਦੁਬਾਰਾ ਤੋਂ ਫਿਰ ਇਹ ਇੰਡੀਆ ਦੇ ਵਿੱਚ ਸ਼ਾਮਿਲ ਹੋ ਗਿਆ, ਇੰਡੀਆ ਦੀ ਜਲ ਸੈਨਾ ਦੇ ਵਿੱਚ, INS ਤਰਮੁਗਲ, ਤਰਮੁਗਲੀ।
ਜੇ ਆਪਾਂ ਮਾਲਦੀਵਸ ਦੀ ਗੱਲ ਕਰੀ ਹੈ ਤਾਂ ਮਾਲਦੀਵ ਕਿਸ ਜਗ੍ਹਾ ਤੇ ਲੋਕੇਟਡ ਹੈ? ਇੰਡੀਆ ਦਾ ਨਕਸ਼ਾ ਤੁਸੀਂ ਦੇਖ ਸਕਦੇ ਹੋ, ਇਹਦੇ ਬਿਲਕੁਲ ਨੀਚੇ ਇਸ ਜਗ੍ਹਾ ਦੇ ਉੱਤੇ ਮਾਲਦੀਵਸ ਹੈ। ਸੋ ਜਿੱਥੇ ਇੱਥੇ ਮੇਲ ਲਿਖ ਰੱਖਿਆ ਨਾ, ਸੋ ਮੇਲ ਇਜ਼ ਅ ਕੈਪੀਟਲ, ਮੇਲੇ ਬੋਲਦੇ ਹਨ। ਕਰੰਸੀ ਹੈਗੀ ਹੈ ਜੀ ਮਾਲਦੀਵੀਅਨ ਰੁਪਿਆ। ਪ੍ਰੈਜ਼ੀਡੈਂਟ ਸਾਹਿਬ ਨੇ ਜੀ ਮੁਹੰਮਦ ਮੁਇਜ਼ੁਜ਼ੂ, ਐਂਡ ਆਫੀਸ਼ੀਅਲ ਲੈਂਗੁਏਜ ਜਿਹੜੀ ਬੋਲੀ ਜਾਂਦੀ ਹੈ ਦਿਵੇਹੀ ਬੋਲੀ ਜਾਂਦੀ ਹੈ, ਐਂਡ ਪਾਪੂਲੇਸ਼ਨ ਇਜ਼ 5.21 ਲੱਖ ਅਕੋਰਡਿੰਗ ਟੂ 2021 2021 ਦੇ ਅਕੋਰਡਿੰਗਲੀ। ਠੀਕ ਹੈ ਜੀ, ਅੱਗੇ ਆ ਗਿਆ ਖੇਲੋ ਇੰਡੀਆ, ਇੰਪੋਰਟੈਂਟ ਹੈ। ਖੇਲੋ ਇੰਡੀਆ ਦੇ ਵਿੱਚ ਮੈਂ ਵੈਸੇ ਗੱਲਾਂ ਕਰੀ ਜਾਂਦਾ ਕਿ ਇਹ ਕਦੋਂ ਸ਼ੁਰੂ ਹੋਇਆ ਸੀ, ਹੁਣੇ 8 ਦਸੰਬਰ ਨੂੰ ਸ਼ੁਰੂ ਹੋਇਆ ਸੀਗਾ। ਨੈਸ਼ਨਲ ਪੈਰਾ ਗੇਮਸ ਜਿਹੜੀਆਂ 2023 ਦੀਆਂ ਹੋਈਆਂ ਨੇ, ਉਹਦਾ ਮੈਡਲ ਟੈਲੀ ਆਪਾਂ ਕਰਨ ਲੱਗੇ ਹਾਂ, ਬਸ ਦੇਖਦੇ ਹਾਂ। ਸਭ ਤੋਂ ਪਹਿਲਾਂ ਇਹ ਆਪਾਂ ਕੱਲ੍ਹ ਕੁਸ਼ਚਨ ਕਰਕੇ ਹਟੇ ਸੀ ਕਿ ਜਸਪ੍ਰੀਤ ਕੌਰ ਨੂੰ ਜੀ ਗੋਲਡ ਦਾ ਮੈਡਲ ਮਿਲਿਆ 45 ਕਿਲੋ ਸੋਰੀ 45 ਕੇਜੀ ਕੈਟੇਗਰੀ ਦੇ ਵਿੱਚ ਪੈਰਾਲਿਫਟਿੰਗ ਦੇ ਵਿੱਚ। ਅਗਰ ਆਪਾਂ ਯੋਗੇਸ਼ ਕਥੂਨੀਆ ਦੀ ਗੱਲ ਕਰੀਏ, ਜੋ ਕਿ ਹਰਿਆਣਾ ਤੋਂ ਬਿਲੋਂਗ ਕਰਦੇ ਨੇ, ਉਹਨਾਂ ਨੇ ਵੀ ਗੋਲਡ ਜਿੱਤਿਆ ਜੀ ਡਿਸਕਸ ਥਰੋ ਦੇ ਵਿੱਚ, ਠੀਕ ਹੈ, F56 ਕੈਟੇਗਰੀ ਦੇ ਵਿੱਚ। ਨੇਹਾ ਗੁਪਤਾ ਜਿਹੜੇ ਕਿ ਯੂਪੀ ਦੇ ਨੇ, ਉਹਨਾਂ ਨੇ ਵੀ ਗੋਲਡ ਜਿੱਤਿਆ, ਠੀਕ ਹੈ। ਐਂਡ ਇਨ ਦਾ ਮੈਨਜ਼ ਸਿੰਗਲ SL3 ਕੈਟੇਗਰੀ ਬਾਈ ਡਿਫੀਟਿੰਗ ਬਿਹਾਰ ਉਮੇਸ਼ ਵਿਕਰਮ ਕੁਮਾਰ। ਸੋ ਨੇਹਾ ਗੁਪਤਾ ਨੇ, ਉੱਤਰ ਪ੍ਰਦੇਸ਼ ਨੇ ਜੋ ਉਹ ਗੋਲਡ ਜਿੱਤੇ ਉਹਨਾਂ ਨੇ ਵੀ, ਅਤੇ ਬਿਹਾਰ ਦੇ ਉਮੇਸ਼ ਵਿਕਰਮ ਕੁਮਾਰ ਨੂੰ ਹਰਾਇਆ। ਨਵੀਨ ਸ਼ਿਵਾ ਕੁਮਾਰ ਆਫ ਤਮਿਲਨਾਡੂ, ਉਹਨਾਂ ਨੇ ਛੱਤੀਸਗੜ੍ਹ ਦੇ ਅਭਿਜੀਤ ਸ਼ਕੂਜਾ ਨੂੰ ਹਰਾਇਆ, ਅਤੇ SL4 ਕੈਟੇਗਰੀ ਦੇ ਵਿੱਚ ਅਤੇ ਗੋਲਡ ਖੁਦ ਜਿੱਤਿਆ। ਸੋ ਨਾਮ ਤੁਸੀਂ ਯਾਦ ਰੱਖਣੇ, ਜਸਪ੍ਰੀਤ ਕੌਰ, ਯੋਗੇਸ਼ ਕਥੂਨੀਆ, ਨੇਹਾ ਗੁਪਤਾ, ਨਵੀਨ ਸ਼ਿਵਾ ਕੁਮਾਰ। ਬਹੁਤ ਇੰਪੋਰਟੈਂਟ ਨਿਊਜ਼ ਪਹਿਲਾਂ ਆਪਾਂ ਕਰ ਚੁੱਕੇ ਹਾਂ, ਫਿਲਹਾਲ ਲਈ ਇਹ ਛੋਟੀ ਨਿਊਜ਼ ਦੇ ਵਿੱਚ, ਸ਼ਾਰਟ ਨਿਊਜ਼ ਦੇ ਵਿੱਚ, ਲੇਕਿਨ ਥੋੜ੍ਹਾ ਜਿਹਾ ਡਿਸਕਸ਼ਨ ਕਰਨ ਲਈ ਇਹਦੇ ਵਿੱਚ ਹੈਗੀ ਹੈ ਕਿ ਤੇਲੰਗਾਨਾ ਨੇ ਔਰਤਾਂ ਅਤੇ ਟਰਾਂਸਜੈਂਡਰ ਵਿਅਕਤੀਆਂ ਲਈ ਮੁਫਤ ਬੱਸ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਜਿੰਨੀਆਂ ਵੀ ਲੇਡੀਜ਼ ਹੋਣਗੀਆਂ, ਜਿੰਨੇ ਵੀ ਟਰਾਂਸਜੈਂਡਰ ਨੇ ਜੋ, ਠੀਕ ਹੈ, ਜੋ ਮੇਲ ਐਂਡ ਫੀਮੇਲ ਦੋਨਾਂ 'ਚ ਨਹੀਂ ਆਉਂਦੇ ਟਰਾਂਸਜੈਂਡਰ, ਤਾਂ ਉਹਨਾਂ ਵਾਸਤੇ ਐਂਡ ਔਰਤਾਂ ਵਾਸਤੇ, ਫੀਮੇਲ ਵਾਸਤੇ ਇਹ ਬੱਸ ਸਰਵਿਸ ਜੋ ਕਿ ਫ੍ਰੀ ਆਫ ਕੋਸਟ ਸ਼ੁਰੂ ਕਰੀ ਗਈ ਹੈ ਤੇਲੰਗਾਨਾ ਸਰਕਾਰ ਨੇ। ਤੇਲੰਗਾਨਾ ਸਰਕਾਰ ਦੀ ਗੱਲ ਕਰਦੇ ਹਾਂ ਤਾਂ CM ਸਾਹਿਬ ਕੌਣ ਨੇ ਜੀ? ਰਿਵਾਨਥ ਰੈਡੀ, ਅਤੇ ਉਹਨਾਂ ਨੇ ਇਹ ਲਾਂਚ ਕੀਤੀ ਆ ਮਹਾਲਕਸ਼ਮੀ ਸਕੀਮ। ਤਾਂ ਮੈਂ ਮਹਾਲਕਸ਼ਮੀ ਸਕੀਮ ਪਹਿਲਾਂ ਕਰਵਾਇਆ ਸੀਗਾ, ਲੇਕਿਨ ਮਹਾਲਕਸ਼ਮੀ ਸਕੀਮ ਦੀ ਥੋੜ੍ਹੀ ਜਿਹੀ ਐਕਸਟਰਾ ਜੋ ਚੀਜ਼ ਹੈ ਉਹ ਦੇਖ ਲਓ। ਦਿਸ ਇਨੀਸ਼ੀਏਟਿਵ ਅਨਾਊਂਸ ਬਾਏ ਦਾ ਕਾਂਗਰਸ ਪਾਰਟੀ ਇਨ ਮੈਨੀਫੈਸਟੋ, ਕਾਂਗਰਸ ਦੀ ਪਾਰਟੀ ਜੋ ਮੈਨੀਫੈਸਟੋ ਸੀਗਾ ਉਹਦੇ ਵਿੱਚ ਇੱਕ ਚੀਜ਼ ਪਹਿਲਾਂ ਕਹੀ ਗਈ ਸੀ ਤੇਲੰਗਾਨਾ ਬਾਰੇ। ਤਾਂ ਉੱਥੇ ਉਹਨਾਂ ਨੇ ਕਹਿਤਾ ਏਮ ਟੂ ਪ੍ਰੋਵਾਈਡ ਫ੍ਰੀ ਟਰੈਵਲ ਫਾਰ ਵੂਮੈਨ, ਗਰਲਸ ਐਂਡ ਦਾ ਟਰਾਂਸਜੈਂਡਰ ਪਰਸਨ ਵਿਦ ਇਨ ਦਾ ਸਟੇਟ। ਅਗਰ ਤੁਸੀਂ ਸਟੇਟ ਦੇ ਵਿੱਚ ਵਿੱਚ ਘੁੰਮਣਾ ਚਾਹੁੰਦੇ ਹੋ ਤਾਂ ਉੱਥੇ ਤੁਹਾਨੂੰ ਫ੍ਰੀ ਬੱਸ ਸਰਵਿਸ ਜਿਹੜੀ ਹੈ ਉਹ ਪ੍ਰੋਵਾਈਡ ਹੋ ਜੂਗੀ। ਦ ਸਕੀਮ ਇਫੈਕਟਿਵ, ਇਹ ਜਿਹੜੀ 9 ਦਸੰਬਰ ਤੋਂ ਸ਼ੁਰੂਆਤ ਹੋ ਚੁੱਕੀ ਹੈ ਇਸ ਸਕੀਮ ਦੀ, ਅਤੇ ਹੈ ਨਾ, ਇਹਦੇ ਨਾਲ ਕੀ ਹੋਊਗਾ, ਲਾਭਪਾਤਰੀਆਂ ਲਈ ਪਹੁੰਚਯੋਗ ਅਤੇ ਕਿਫਾਇਤੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵੱਖ ਵੱਖ ਗਰੰਟੀਆਂ ਸ਼ਾਮਲ ਹਨ। ਇਹਨਾਂ ਚੀਜ਼ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ ਹੈ, ਬਸ ਤੁਸੀਂ ਇਹ ਯਾਦ ਰੱਖਣਾ ਤੇਲੰਗਾਨਾ ਦੀ ਜਿਹੜੇ CM ਸਾਹਿਬ ਨੇ ਰਵਿਨਾਥ ਰੈਡੀ ਨੇ ਮਹਾਲਕਸ਼ਮੀ ਸਕੀਮ ਜਿਹੜੀ ਲਾਂਚ ਕੀਤੀ ਆ ਵੂਮੈਨਸ ਵਾਸਤੇ, ਠੀਕ ਹੈ ਜੀ। ਤੇਲੰਗਾਨਾ ਸਟੇਟ ਦੀ ਗੱਲ ਕਰਦੇ ਹਾਂ ਤਾਂ ਕੈਪੀਟਲ ਜੀ ਹੈਦਰਾਬਾਦ, CM ਨੇ ਰੇਵੰਥ ਰੈਡੀ, ਗਵਰਨਰ ਨੇ ਤਾਮਿਲ ਸਾਈ ਸੌਂਦਰਯ ਰੰਜਨ। ਬਿਫੋਰ ਵਾਜ ਇਹ ਆਂਧਰਾ ਪ੍ਰਦੇਸ਼ ਦਾ ਪਾਰਟ ਸੀ ਜੋ ਕਿ ਜੂਨ 2014 ਦੇ ਵਿੱਚ ਬਣ ਕੇ ਅਲੱਗ ਹੋਇਆ ਸੀ, ਠੀਕ ਹੈ। ਆਦਿਕ ਲਿਖਰ ਕਿਹਾ 2 ਜੂਨ 2014, 9 ਸਾਲ ਪਹਿਲਾਂ ਤੇਲੰਗਾਨਾ ਬਣ ਗਿਆ ਸੀ। ਡਿਸਟ੍ਰਿਕਟ ਕਿੰਨੇ ਨੇ ਜੀ? 33। ਸੋ ਇਹ ਆਂਧਰਾ ਪ੍ਰਦੇਸ਼ ਤੋਂ ਅਲੱਗ ਹੋਇਆ ਸੀ ਤੇਲੰਗਾਨਾ।
ਡਿਫੈਂਸ ਮਿਨਿਸਟਰੀ ਅਪਰੂਵ 2800 ਕਰੋੜ। ਸੋ ਡਿਫੈਂਸ ਮਿਨਿਸਟਰੀ ਨੇ 2800 ਕਰੋੜ ਦਾ ਰੋਕੇਟ ਫੋਰ ਪਿਨਾਕਾ ਵੈਪਨ ਸਿਸਟਮ ਵਾਸਤੇ ਉਹਨੂੰ ਮਨਜ਼ੂਰੀ ਦੇ ਦਿੱਤੀ ਹੈ। 2800 ਕਰੋੜ ਰੁਪਇਆ ਖਰਚ ਕਰੇਗਾ ਰੱਖਿਆ ਮੰਤਰਾਲੇ, ਡਿਫੈਂਸ ਮਿਨਿਸਟਰੀ। 2800 ਕਰੋੜ ਰੁਪੀਸ ਟੂ ਬੋਲਸਟਰ ਦਾ ਇੰਡੀਅਨ ਆਰਮੀਜ਼ ਆਰਟੀਲਰੀ ਕੈਪੇਬਿਲਿਟੀਜ਼, ਰਾਈਟ। ਸੋ ਸੈਨਾ ਦੇ ਤੋਪਖਾਨੇ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਵਾਸਤੇ 2800 ਕਰੋੜ ਰੁਪਏ ਲਗਾਏ ਜਾਣਗੇ, ਉਹਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। 6400 ਰੋਕੇਟਸ ਨੇ ਜਿਹੜੇ ਉਹ ਡਿਜ਼ਾਈਨ ਹੋਣਗੇ, ਪਿਨਾਕਾ ਮਲਟੀ ਬੈਰਲ ਰੋਕੇਟ ਲਾਂਚਰ ਸਿਸਟਮਸ ਦਾ ਨਾਮ ਹੈ। ਰੀਸੈਂਟ ਅਪਰੂਵਲ ਬਾਏ ਡਿਫੈਂਸ ਕੌਂਸਲ ਅੰਡਰਸਕੋਰ ਦਾ ਨੇਸ਼ਨਸ ਕਮਿਟਮੈਂਟ ਟੂ ਫੋਰਟੀਫਾਈ ਇਟਸ ਮਿਲਟਰੀ ਪ੍ਰੋਵੈਸ, ਠੀਕ ਹੈ। ਰੱਖਿਆ ਮੰਤਰੀ ਨੇ ਆਪਣੀ ਫੌਜ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਵਚਨਬੰਧ ਨੂੰ ਦਰਸਾਉਂਦੀ ਹੈ ਅਤੇ ਇਹਨਾਂ ਨੇ ਇਹ ਆਪਣੀ ਫੌਜ ਨੂੰ ਮਜ਼ਬੂਤ ਕਰਨ ਲਈ ਵਰਕ ਕੀਤਾ ਹੈ, ਠੀਕ ਹੈ। ਸਿੱਧੀ ਜਿਹੀ ਗੱਲ ਇਹ ਹੈ, 2800 ਕਰੋੜ ਇਕਨੋਮਿਕ ਨਾਲ ਰਿਲੇਟਡ ਹੋ ਗਿਆ ਅਤੇ 6400 ਰੋਕੇਟ ਪਿਨਾਕਾ ਮਲਟੀ ਬੈਰਲ ਰੋਕੇਟ ਲਾਂਚਰ ਸਿਸਟਮ। ਹੁਣ ਆ ਗਈ ਬਾਰੀ ਜੀ MCQs ਦੀ। MCQ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਜੀ ਵਿਸ਼ਨੂੰ ਦਿਓ ਸਾਈ ਜਿਹੜੇ ਨੇ ਨਵੇਂ CM ਬਣੇ ਨੇ, ਚੀਫ ਮਿਨਿਸਟਰ ਬਣੇ ਨੇ, ਉਹ ਕਿਹੜੀ ਸਰਕਾਰ ਦੇ ਬਣੇ ਨੇ, ਕਿਹੜੀ ਰਾਜ ਦੇ ਬਣੇ ਨੇ? ਤਾਂ ਆਂਸਰ ਆਜੂਗਾ ਜੀ ਛੱਤੀਸਗੜ੍ਹ ਵਿਲ ਵੀ ਦਾ ਆਂਸਰ। ਛੱਤੀਸਗੜ੍ਹ ਸਟੇਟ ਦੇ ਉਹ ਕੀ ਬਣੇ ਨੇ ਜੀ? CM ਸਾਹਿਬ ਬਣੇ ਨੇ ਨਵੇਂ, ਵਿਸ਼ਨੂੰ ਦਿਓ ਸਾਈ, ਠੀਕ ਹੈ। ਸੋ ਟ੍ਰਾਈਬਲ ਭਾਰਤੀ ਜਨਤਾ ਪਾਰਟੀ ਨੂੰ ਬਿਲੋਂਗ ਕਰਦੇ ਨੇ ਅਤੇ ਟ੍ਰਾਈਬਲ ਫੇਸ ਨੇ ਉਹਨਾਂ ਨੇ ਐਜ਼ ਅ CM ਛੱਤੀਸਗੜ੍ਹ ਦੇ ਮਤਲਬ ਕਿ ਉਹ ਲਈ ਹੈ, ਸਹੁੰ ਚੱਕੀ ਹੈ। ਅਤੇ ਰਮਨ ਸਿੰਘ ਹੂ ਹੈਜ਼ ਰਨ ਸਟੇਟ ਗੌਰਮੈਂਟ ਫੋਰ 15 ਈਅਰਸ ਹੈਜ਼ ਬਿਨ ਮੇਡ ਸਪੀਕਰ ਆਫ ਦਾ ਸਟੇਟ ਅਸੈਂਬਲੀ। ਤਾਂ ਰਮਨ ਸਿੰਘ ਨੂੰ ਕੀ ਬਣਾ ਦਿੱਤਾ ਗਿਆ ਜੀ? ਸਪੀਕਰ ਬਣਾ ਦਿੱਤਾ ਗਿਆ ਛੱਤੀਸਗੜ੍ਹ ਦੀ ਅਸੈਂਬਲੀ। ਨੈਕਸਟ ਕੁਸ਼ਚਨ ਆ ਗਿਆ, ਵਿੱਚ ਏਸ਼ੀਅਨ ਕੰਟਰੀ ਹੈਜ਼ ਰੀਸੈਂਟਲੀ ਲਾਂਚ ਇਟਸ ਓਨ ਫੋਰੈਸਟ ਵੁੱਡ ਸਰਟੀਫਿਕੇਸ਼ਨ ਸਕੀਮ, ਜੰਗਲ ਦੇ ਲੱਕੜ ਪ੍ਰਮਾਣੀਕਰਨ ਯੋਜਨਾ ਸ਼ੁਰੂ ਕੀਤੀ ਹੈ, ਕਿਸ ਦੇਸ਼ ਨੇ? ਸੋ ਆਂਸਰ ਇਜ਼ ਇੰਡੀਆ। ਇੰਡੀਆ ਨੇ ਇਸ ਚੀਜ਼ ਦੀ ਸ਼ੁਰੂਆਤ ਕੀਤੀ ਹੈ, ਠੀਕ ਹੈ। ਅਗਲਾ ਆ ਗਿਆ ਲਾਸਟ ਬਟ ਨਾਟ ਦ ਲੀਸਟ ਕੁਸ਼ਚਨ ਆਫ ਦ ਡੇ, ਵਿਨਬੈਕਸ। ਇਹਦੀ ਵੀ ਚਰਚਾ ਆਪਾਂ ਕਰ ਚੁੱਕੇ ਹਾਂ। ਤੁਹਾਡੇ ਲਈ ਕੁਸ਼ਚਨ ਇਹ ਹੈ ਕਿ ਵਿਨਬੈਕਸ ਜਿਹੜੀ ਮਿਲਟਰੀ ਐਕਸਰਸਾਈਜ਼ ਹੈ ਉਹ ਇੰਡੀਆ ਦੀ ਆਰਮੀ ਅਤੇ ਹੋਰ ਕਿਸ ਕੰਟਰੀ ਦੀ ਆਰਮੀ ਦੇ ਵਿਚਾਲੇ ਹੋਣ ਵਾਲੀ ਇੱਕ ਐਕਸਰਸਾਈਜ਼ ਹੈ? ਤੁਸੀਂ ਆਪਣਾ ਆਂਸਰ ਕਮੈਂਟ ਸੈਕਸ਼ਨ ਜ਼ਰੂਰ ਦੇਣਾ ਕਿ ਭਾਰਤ ਅਤੇ ਕਿਸ ਹੋਰ ਦੇਸ਼ ਦੀਆਂ ਫੌਜਾਂ ਵਿਚਕਾਰ ਇੱਕ ਫੌਜੀ ਅਭਿਆਸ ਹੈ ਜਿਹਦਾ ਨਾਮ ਵਿਨਬੈਕਸ ਹੈ। ਉਸ ਕੰਟਰੀ ਦਾ ਨਾਮ, ਉਸ ਦੇਸ਼ ਦਾ ਨਾਮ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੇਣਾ, ਠੀਕ ਹੈ। ਸੋ ਥੈਂਕ ਯੂ ਸੋ ਮਚ ਗਾਇਜ਼, ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓਜ਼, ਐਂਡ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਟਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈੱਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਅਤੇ ਕਰੰਟ ਅਫੇਅਰ ਨਾ ਛੱਡੋ, ਠੀਕ ਹੈ। ਥੈਂਕ ਯੂ ਸੋ ਮਚ, ਬਾਏ ਬਾਏ।